ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਅੱਜ ਵੀ ਲੋਕ ਨਹੀਂ ਡਰਦੇ ਭਰੂਣ ਹੱਤਿਆ ਕਰਦੇ, ਆਖਿਰ ਕਿੱਦਾਂ ਦੇ ਹੋਣਗੇ ਉਹ ਮਾਪੇ ਜਿਨ੍ਹਾਂ ਨੇ ਛੋਟੇ ਜਿਹੇ ਬੱਚੇ ਨੂੰ ਢਿੱਡੋਂ ਕੱਢ ਨਾਲੀ 'ਚ ਸੁੱਟ ਦਿੱਤਾ। ਭਰੂਣ ਮੇਰੇ ਘਰ ਦੇ ਨਾਲੀ ਵਿੱਚ ਪਿਆ, ਜਿਸ ਸੰਬੰਧੀ ਮਨ ਏ ਸੀ ਨੇ ਮੌਕਾ ਤੇ ਪੁੱਜ ਕੇ ਭਰੂਣ ਨੂੰ ਸੌਦੀ ਵਿੱਚ ਲਿਆ ਅਤੇ ਅਗਲੀ ਕਾਰਵਾਈ ਜ਼ਿਲ੍ਹਾ ਹਸਪਤਾਲ ਇਹ ਨਕੋਦਰ ਭੇਜਿਆ ਗਿਆ ਕਿ ਜਿਸ ਸੰਬੰਧੀ ਮੁਕਦਮਾ ਨੰਬਰ 263 ਦਰਜ ਰਜਿਸਟਰ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਤੁਸੀਂ ਸਭ ਆਖੂਬੀ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਚਾਹੇ ਸਰਕਾਰਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਪਰ ਭਰੂਣ ਹੱਤਿਆ ਦੇ ਮਾਮਲੇ ਆਏ ਦਿਨ ਵੱਧਦੇ ਹੀ ਜਾ ਰਹੇ ਨੇ। ਅਜਿਹਾ ਹੀ ਇੱਕ ਮਾਮਲਾ ਸ਼ਾਹਕੋਟ ਤੋਂ ਮੁਹੱਲਾ ਬਾਗਵਾਲਾ ਵਿਖੇ ਸਾਹਮਣੇ ਆਇਆ, ਜਿੱਥੇ ਇੱਕ ਚੌਂਕ ਦੇ ਨਜ਼ਦੀਕ ਨਾਲੀ ਦੇ ਵਿੱਚ ਇੱਕ ਭਰੂਣ ਪਿਆ ਹੋਇਆ ਸੀ। ਜਿੱਦਾਂ ਹੀ ਲੋਕਾਂ ਦਾ ਧਿਆਨ ਇਸ ਭਰੂਣ ਉੱਤੇ ਪਿਆ, ਨਾਲ ਦੀ ਨਾਲ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਇਹ ਖਬਰ ਇਲਾਕੇ ਦੇ ਵਿੱਚ ਵੀ ਅੱਗ ਵਾਂਗ ਫੈਲ ਗਈ ਅਤੇ ਲੋਕ ਇਕੱਠਾ ਹੋਣਾ ਸ਼ੁਰੂ ਹੋ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਭਰੂਣ ਨੂੰ ਆਪਣੇ ਕਬਜ਼ੇ ਵਿੱਚ ਲੈ ਲਿੱਤਾ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ ਮੁਹੱਲਾ ਬਾਗ ਵਾਲੇ ਵਿੱਚੋਂ ਆਪਣੇ ਰਮਨ ਕੁਮਾਰ ਵਾਸੀ ਮੁਹੱਲਾ ਬਾਗ ਵਾਲੇ ਨੇ ਥਾਣੇ ਆ ਕੇ ਇਤਲਾਹ ਦਿੱਤੀ ਕਿ ਇੱਕ ਭਰੂਣ ਮੇਰੇ ਘਰ ਦੇ ਨਾਲੀ ਵਿੱਚ ਪਿਆ, ਜਿਸ ਸੰਬੰਧੀ ਮਨ ਏ ਸੀ ਨੇ ਮੌਕਾ 'ਤੇ ਪੁੱਜ ਕੇ ਭਰੂਣ ਨੂੰ ਕਬਜ਼ੇ ਵਿੱਚ ਲਿਆ ਅਤੇ ਅਗਲੀ ਕਾਰਵਾਈ ਜ਼ਿਲ੍ਹਾ ਹਸਪਤਾਲ ਇਹ ਨਕੋਦਰ ਭੇਜਿਆ ਗਿਆ ਕਿ ਜਿਸ ਸੰਬੰਧੀ ਮੁਕਦਮਾ ਨੰਬਰ 263 ਦਰਜ ਰਜਿਸਟਰ ਕੀਤਾ ਗਿਆ। ਮੈਂ ਡਾਕਟਰ ਬਲਵਿੰਦਰ, ਐਮਰਜੈਂਸੀ ਡਿਊਟੀ CSA ਸ਼ਾਹਕੋਟ ਵਿਖੇ ਤੈਨਾਤ ਹੈ ਇਸ ਟਾਈਮ। ਸਾਡੇ ਕੋਲ ਪੁਲਿਸ ਦੀ ਟੀਮ ਇੱਕ ਭਰੂਣ ਨੂੰ ਲੈ ਕੇ ਆਈ ਹੋਈ ਹੈ, ਜਿਹਦੇ ਵਿੱਚ ਅਸੀਂ ਕੋਈ ਉਹਦੀ ਪੁਸ਼ਟੀ, ਬੱਚਾ ਬਹੁਤ ਛੋਟਾ ਹੋਣ ਕਰਕੇ ਅਸੀਂ ਕੁਛ ਪੁਸ਼ਟੀ ਨਹੀਂ ਕਰ ਸਕਦੇ ਕਿ ਬੱਚੇ ਦਾ ਸੈਕਸ ਕੀ ਹੈ ਅਤੇ ਉਹਦੀ ਉਮਰ ਕੀ ਹੈ। ਇਸੇ ਲਈ ਅਸੀਂ ਉਸ ਬੱਚੇ ਦੇ ਭਰੂਣ ਨੂੰ ਸਿਵਲ ਹਸਪੀਟਲ ਨਕੋਦਰ ਵਿਖੇ ਭੇਜ ਰਹੇ ਹਾਂ। ਗੁਰਪਿਆਰੋ, ਬੇਸ਼ੱਕ ਇਸ ਚੀਜ਼ ਦੀ ਅੱਜ ਤੱਕ ਪੁਸ਼ਟੀ ਨਹੀਂ ਹੋ ਪਾਈ ਕਿ ਭਰੂਣ ਮੁੰਡੇ ਦਾ ਹੈ ਜਾਂ ਕੁੜੀ ਦਾ, ਪਰ ਸਭ ਤੋਂ ਵੱਡੇ ਸਵਾਲ ਇਹ ਨੇ ਕਿ ਆਖਿਰ ਅਜਿਹੇ ਕਿੱਦਾਂ ਦੇ ਮਾਪੇ ਹੋਣਗੇ, ਅਜਿਹੇ ਕਿਹੜੇ ਬੁੱਚੜ ਉਹ ਡਾਕਟਰ ਨੇ ਜੋ ਅਜੇ ਵੀ ਭਰੂਣ ਹੱਤਿਆ ਕਰਨ ਤੋਂ ਬਾਜ਼ ਨਹੀਂ ਆਉਂਦੇ। ਆਖਿਰ ਕਿਉਂ ਅਸੀਂ ਕੁਝ ਪੈਸਿਆਂ ਵਾਸਤੇ ਆਪਣਾ ਕਿੱਤਾ ਵੇਚ ਦਿੰਦੇ ਹਾਂ? ਆਖਿਰ ਕਿਉਂ ਅਸੀਂ ਮੁੰਡਿਆਂ ਦੀ ਲਾਲਸਾ ਵਾਸਤੇ ਧੀਆਂ ਕੁੱਖਾਂ 'ਚ ਮਾਰ ਦਿੰਦੇ ਹਾਂ? ਆਖਿਰ ਕਿੱਦਾਂ ਸਾਡੀ ਹਿੰਮਤ ਪੈ ਜਾਂਦੀ ਹੈ ਢਿੱਡ ਵਿੱਚ ਪਲ ਰਹੀ ਇੱਕ ਜਾਨ ਨੂੰ ਢਿੱਡੋਂ ਕੱਢ ਨਾਲੀਆਂ 'ਚ ਸੁੱਟਣ ਦੀ? ਅਤੇ ਜੋ ਵੀ ਇਹ ਕੁਕਰਮ ਕਰ ਰਹੇ ਨੇ ਉਹ ਯਾਦ ਰੱਖਣ, ਅਜਿਹੇ ਗੁਨਾਹ ਕਰਨ ਵਾਲਿਆਂ ਨੂੰ ਤਾਂ ਮੰਗਿਆਂ ਮੌਤ ਵੀ ਨਹੀਂ ਆਉਣੀ। ਅੱਡੀਆਂ ਰਗੜ ਰਗੜ ਕੇ ਰੱਬ ਅੱਗੇ ਮੌਤ ਦੀਆਂ ਮਿੰਨਤਾਂ ਕਰੋਗੇ ਤਾਂ ਵੀ ਰੱਬ ਤੁਹਾਨੂੰ ਕੀੜਿਆਂ ਵਾਂਗ ਰੇਂਗਦਾ ਹੀ ਰੱਖੇਗਾ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।